ਮੇਰੇ ਸਵਾਲ ਵਿੱਚ ਹੈ ਕਿ ਕਿ ਇਸ ਨਾਲ ਜੁੜਿਆ ਹੋਇਆ ਸਵਾਲ ਹਾਲਾਂਕਿ ਮੈਂ ਇਸ ਨੂੰ ਚਾਹੁੰਦਾ ਸੀ ਬਈ ਮੋਗਾ ਬਾਈ ਇਲੈਕਸ਼ਨ ਨੂੰ ਥੋੜੀ ਲੇਟ ਡਿਸਕਸ ਕਰੀ ਲੇਕਿਨ ਤੁਸੀਂ ਪੁਆਇੰਟ ਲਿਆਇਆ ਉਹ ਵਾਲਾ ਤੁਸੀਂ ਕਿਹਾ ਵੀ ਤੁਸੀਂ 1999 ਦਾ ਚੋਣ ਜਿੱਤੇ ਕਿਉਂਕਿ ਖੱਬੀਆਂ ਪਾਰਟੀਆਂ ਤੁਹਾਡੇ ਨਾਲ ਸੀ ਅੱਜ ਤੁਹਾਨੂੰ ਅਕਾਲੀ ਦਲ ਵੱਲੋਂ ਇੱਕ ਕਾਂਗਰਸ ਦਾ ਸਿਟਿੰਗ ਐਮਐਲਏ ਨੂੰ ਆਪਣੇ ਨਾਲ ਰਲਣਾ ਲੱਗ ਰਿਹਾ ਵੀ ਉਹ ਉਸ ਪਾਰਟੀ ਲਈ ਖਤਰਨਾਕ ਹੈ ਲੇਕਿਨ ਹਰ ਪਾਰਟੀ ਹਰ ਸਿਆਸੀ ਪਾਰਟੀ ਇਸ ਚੀਜ਼ ਨੂੰ ਕਰਦੀ ਹੈ ਇਹ ਚੀਜ਼ ਕਰਦੀ ਆ ਰਹੀ ਹੈ ਜਿੱਥੇ ਤੱਕ ਖੱਬੀ ਪਾਰਟੀਆਂ ਦੀ ਗੱਲ ਰਹੀ ਥੋੜੀ ਆਪਣੀ ਪਾਰਟੀ ਥੋੜੇ ਆਪਣੇ ਮੁੱਖ ਮੰਤਰੀ ਉਸ ਵਕਤ ਇਸ ਕੈਪਟਨ ਰਮਿੰਦਰ ਸਿੰਘ ਨੇ 2002 ਦੇ ਵਿੱਚ ਉਹਨਾਂ ਦੇ 2 ਐਮਐਲਏ ਮਲਾ ਕੇ ਸੀਪੀਏ ਦਾ ਪੂਰਾ ਕਾਡਰ ਉਹਨਾਂ ਦੀ ਜਿਹੜੀ ਲੈਜਿਸਲੇਟਿਵ ਪਾਰਟੀ ਦੀ ਹੋਂਦ ਵਿਧਾਨ ਸਭਾ 'ਚ ਉਸ ਨੂੰ ਖਤਮ ਕਰਤਾ ਜੋ ਕਿ ਮੁੜ ਆਧਾਰ ਬਣਿਆ ਬੇਸ ਬਣਿਆ ਜਿਸ ਕਾਰਨ ਕਿ ਖੱਬੇ ਪੱਖੀ ਸਾਰੀ ਪਾਰਟੀਆਂ ਕਾਂਗਰਸ ਤੋਂ ਪਿਛਲੇ ਲਗਭਗ 10 ਸਾਲਾਂ ਤੋਂ ਦੂਰ ਚੱਲੀਆਂ ਜਿਹਦਾ ਖਮਾਇਦਾ ਤੁਹਾਨੂੰ 2012 ਦੇ ਵਿੱਚ ਤੁਹਾਡੇ ਮਤਾਬੀ ਭੁਗਤਣਾ ਪੈ ਰਿਹਾ ਸੋ ਇਹ ਤਾਂ ਇੱਕ ਸਿਆਸੀ ਸੋਚ ਹੁੰਦੀ ਹੈ ਕਿਸੇ ਵੀ ਪਾਰਟੀ ਦੀ ਉਸ ਵਕਤ ਦੀ ਸਰਕਾਰ ਦੀ ਜੋ ਕਿ ਸਮਝਦੀ ਹੈ ਵੀ ਜੇ ਸਾਡੇ ਨਾਲ ਕੋਈ ਰਲਣ ਨੂੰ ਤਿਆਰ ਹੈ ਉਹਦਾ ਮੈਸੇਜ ਉਹਦੇ ਕਾਰਡਰਾਂ ਨੂੰ ਵੀਕਨ ਕਰਨ ਲਈ ਤੇ ਆਪਣੇ ਕਾਰਡਰਾਂ ਨੂੰ ਮਜ਼ਬੂਤ ਕਰਨ ਲਈ ਸਹੀ ਜਾਏਗਾ। ਦੋ ਬੰਦੇ ਟੁੱਟੇ ਨੱਥੂ ਰਾਮ ਐਮ ਐਲ اے ਕਮਿਊਨਿਸਟ ਪਾਰਟੀ ਫਰੋਮ ਮਲੋਟ ਐਂਡ ਗੁਰਜੰਤ ਸਿੰਘ ਜੀ ਕੁੱਤੀਵਾਲ ਫਰੋਮ ਪੱਕਾ ਕਲਾ। ਦੋ ਬੰਦਿਆਂ ਦੇ ਨਾਲ ਨਾਲ ਉਸ ਵਿਚਾਰਕ ਸਾਂਝ ਜੀ ਜੋ ਜੋ ਤੁਸੀਂ ਅੱਜ ਗੱਲ ਕੀਤੀ ਉਹ ਅਗਰ ਉਹਨਾਂ ਨੇ ਕੀਤਾ ਤਾਂ ਮੈਂ ਨਹੀਂ ਇਹ ਸਮਝਦਾ ਕਿ 87 ਵਰਿਆਂ ਦੇ ਦਿਗਜ ਮੁੱਖ ਮੰਤਰੀ ਜਿਨ੍ਹਾਂ ਦੀ ਰਿਸਪੈਕਟ ਹੈ ਉਹ ਵੀ ਇਹ ਕੰਮ ਕਰਨ ਪਰ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਕਿ ਉਹਨਾਂ ਨੂੰ ਬਾਅਦ ਚ ਉਸ ਵੇਲੇ ਰਲਾ ਕੇ ਪਾਰਟੀ ਦਾ ਟਿਕਟ ਵੀ ਉਹਨਾਂ ਨੂੰ ਦੇ ਦਿੱਤਾ ਗਿਆ ਇਮੀਡੀਏਟਲੀ ਆਫਟਰ 20 ਡੇਸ ਮੈਂ ਇਹ ਸਮਝਦਾ ਕਿ ਉਦੋਂ ਵੀ ਵਿਦਨ ਪਾਰਟੀ ਉਸ ਵਕਤ ਲੋੜ ਨਹੀਂ ਸੀ ਉਸ ਵਕਤ ਉਸ ਵਕਤ ਕਾਂਗਰਸ ਨੂੰ ਵੀ ਕੋਈ ਲੋੜ ਨਹੀਂ ਸੀ ਉਹਨਾਂ ਨੂੰ ਆਪਣੇ ਨਾਲ ਲੜਾਉਣ ਦੀ ਗੁੱਡ 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 ਰੀਜ਼ਨ ਅਪੈਰੈਂਟਲੀ ਕਿ ਸੀਪੀਆਈ ਦੇ ਲੀਡਰਾਂ ਨੂੰ ਗੁੱਡ ਪੁਆਇੰਟ ਬਟ ਇਫ ਯੂ ਰੀਕਲੈਕਟ ਇਫ ਯੂ ਰੀਕਲੈਕਟ ਐਂਡ ਫਰੈਸ਼ਨ ਯੂਅਰ ਮੈਮਰੀ ਐਟ ਥੈਟ ਗਿਵਨ ਪੁਆਇੰਟ ਆਫ ਟਾਈਮ ਆਲਸੋ ਜਗਮੀਤ ਸਿੰਘ ਬਰਾਰ ਐਜ਼ ਅ ਮੈਂਬਰ ਆਫ ਪਾਰਲੀਮੈਂਟ ਸੈਡ ਦੈਟ ਸੈਕੂਲਰ ਪਾਰਟੀਆਂ ਨੂੰ ਇਹ ਜੇ ਮੌਕੇ ਤੇ ਬ੍ਰੇਕ ਕਰਨਾ ਇਜ਼ ਨਾਟ ਇਨ ਆਵਰ ਲਾਰਜਰ ਇੰਟਰਸਟ ਬਟ ਬਿਕਾਜ਼ ਦ ਡਿਸੀਜਨ ਵਾਸ ਟੇਕਨ ਆਈ ਵੈਂਟ ਵਿਦ ਮਾਈ ਪਾਰਟੀਆਂ ਦਾ ਡਿਸੀਜਨ ਆਈ ਆਬਜੈਕਟਡ ਆਮ ਔਨ ਰਿਕਾਰਡ ਆਮ ਔਨ ਰਿਕਾਰਡ ਇਵਨ ਆਫ ਜਦੋਂ ਪੀਪੀ ਦਾ ਬੰਦੇ ਸਾਡੇ ਨਾਲ ਟੁੱਟ ਕੇ ਆਏ ਆਈ ਵਾਸ ਦਾ ਓਨਲੀ ਕਾਂਗਰਸ ਲੀਡਰ ਇਨ ਪੰਜਾਬ ਹੂ ਸੈਡ ਕਿ ਮੇਰੇ ਅੰਦਾਜ਼ੇ ਮੁਤਾਬਕ ਇਸ ਪਾਰਟੀ ਨੂੰ ਤੋੜਨਾ ਜਿਹੜੀ ਵਿਚਾਰਧਾਰਾ ਦੇ ਤੌਰ ਤੇ ਵੱਖਰੀ ਹੋ ਕੇ ਆਈ ਹੈ ਨਹੀਂ ਮੇਰਾ ਸੀ ਹਾਂ ਕੋਈ ਅਰੇ ਸੀ ਵਿਰੋਧਾ ਕਿਉਂ ਕਰ ਰਹੇ ਹੋ ਯੈਸ ਜਗਮੀਤ ਬਰਾਰ ਪੋਲਿਟਿਕਲ ਸੋਚ ਹੈ ਵੀ ਜਦੋਂ ਜਗਮੀਤ ਸਿੰਘ ਬਰਾਰ ਨੇ ਇਸ ਕਰਕੇ ਇਸ ਮੁੱਦੇ ਤੇ ਆਪਦਾ ਪੱਖ ਰੱਖਿਆ ਵਿਰੋਧ ਨਹੀਂ ਪੱਖ ਰੱਖਿਆ ਕਿ ਅਗਰ ਅਸੀਂ ਆਪ ਦੇ ਬੰਦਿਆਂ ਨੂੰ ਛੱਡ ਕੇ ਜਿਹੜੇ 4 ਡੈਕੇਡਸ ਤੋਂ ਕਾਂਗਰਸਮੈਨ ਨੇ ਹੋਤੇ ਤੇ ਦੂਜੀ ਪਾਰਟੀ ਦੇ ਬੰਦਿਆਂ ਨੂੰ ਲਿਆ ਕੇ ਅਗਰ ਟਿਕਟ ਦੇਵਾਂਗੇ ਤਾਂ ਸਾਡੇ ਕਾਡਰ ਵਿੱਚ ਇੱਕ ਵੱਡੀ ਨਿਰਾਸ਼ਾ ਹੀ ਨਹੀਂ ਆਏਗੀ ਸਗੋ ਲੋਕਾਂ ਵਿੱਚ ਸਾਡੀ ਬਦਨਾਮੀ ਸਾਰੇ ਪੰਜਾਬ 'ਚ ਹੋਏਗੀ ਕਿ ਵਾਟ ਇਜ਼ ਯੋਰ ਆਈਡਿਓਲੋਜੀਕਲ ਬੇਸ ਸੋ ਮੈਂ ਵੀ ਗਲਤੀ ਕਰ ਸਕਦੇ ਮੇਰੇ ਮੇਰੇ ਲੀਡਰ ਵੀ ਗਲਤੀ ਕਰ ਸਕਦੇ ਆ ਵੀ ਕੈਨ ਕਮਿਟ ਐਰਰਸ ਐਂਡ ਇਟ ਵਾਸ ਇਟ ਵਾਸ ਐਨ ਐਰਰ ਇਟ ਵਾਸ ਐਨ ਐਰਰ ਆਫ ਜਜਮੈਂਟ ਬਾਈ ਆਰ ਲੀਡਰਸ਼ਿਪ ਮੈਂ ਸਮਝਦਾ ਕਿ ਅਗਰ ਅਸੀਂ ਪੀਪੀ ਨੂੰ ਉਹਦਾ ਨਾ ਤੋੜਦੇ ਤੇ ਖੱਬੀਆਂ ਪਾਰਟੀਆਂ ਸਾਡੇ ਨਾਲ ਹੁੰਦੀਆਂ ਅਸੀਂ 2007 'ਚ ਵੀ ਜਿੱਤੇ 2012 'ਚ ਵੀ ਜਿੱਤੇ ਮੋਗੇ ਦੀ ਡਿਫੈਕਸ਼ਨ ਨੈਸੈਸਰਲੀ ਕਾਂਗਰਸ ਨੂੰ ਹਾਮ ਕਰੇਗੀ ਇਹ ਤੁਸੀਂ ਨਹੀਂ ਮੰਦੇ ਆਕਾਲੀ ਦਲ ਦੇ ਕਾਡਰ ਚ ਉਹਨੇ ਕੀ ਮੈਸੇਜ ਭੇਜਣਾ ਹੈ ਇਸਦੇ ਤੁਸੀਂ ਚਿੰਤਿਤ ਬਟ ਕਾਂਗਰਸ ਦੇ ਕਾਡਰ ਦੇ ਵਿੱਚ ਮੋਗੇ ਦੀ ਡਿਫੈਕਸ਼ਨ ਜੈਨ ਸਾਹਿਬ ਦਾ ਆਕਾਲੀ ਦਲ ਦੇ ਨਾਲ ਹੱਥ ਮਿਲਾ ਲੈਣਾ ਉਹ ਕਿੰਨਾ ਕੁ ਵੱਡਾ ਸੈਟਬੈਕ ਹੈ ਇਟ ਇਜ਼ ਅ ਟੋਟਲ ਰਿਵਰਸ ਪੂਰਨ ਰਿਵਰਸ ਜੈਨ ਸਾਹਿਬ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਗਿੱਲ ਸਾਹਿਬ ਨੂੰ ਹਰਾਇਆ ਕਾਂਗਰਸ ਪਾਰਟੀ ਦੀ ਟਿਕਟ ਤੇ ਆਵਾਮ ਨੇ ਔਰ ਉਹ ਕੱਲੇ ਇੱਕ ਸਤਕਾਰਯੋਗ ਡੀਜੀਪੀ ਨਹੀਂ ਸਨ he was son of late nishatar singh gil who was killed by terrorists he had great immense respect in that mandi irrespective of that jan was given mandate by the people hun log ki kehange jaddiyan matawan pehna ne vote payian dgp de viruddh congress de panje de nishan te oh toda keh hun takri de nishan te vote pawange i i i predict lakhi ji a turning point hai punjab di politics de vich and this is going to be a death nail because લાલા লাજਪਤરાય ਦਾ ਪਿੰਡ ਰੂੜ ਔਰ ਜਿਹੜਾ ਚੂੜ ਚੱਕ ਪਿੰਡ ਹੈ ਬਾਬੇ ਰੂੜ ਸੋਂਦਾ ਬਾਬੇ ਗਾਂਦਾ ਸੋਂਦਾ ਉਹ ਪਿੰਡੇ ਦੇ ਵਿੱਚ ਪੈਂਦੇ ਹੈ ਦੇਸ਼ ਭਗਤਾਂ ਦੇ ਪਿੰਡ ਹੈ ਮੈਂ ਇਹ ਕਿਆ ਸੀ ਮੈਂ ਇਹ ਕਿਆ ਸੀ ਮਸਟ ਬੀ ਸਰਟਨ ਸਟ੍ਰੈਟਜੀ ਨਹੀਂ ਮੈਨੂੰ ਇਹ ਸੋਚਿਆ ਜਾਣਾ ਹੈ ਕਿ ਅਗਰ ਇੱਕ ਬੰਦੇ ਨਾਲ ਅਗਰ ਹਕੂਮਤ ਅਕਾਲੀ ਦਲ ਦੀ ਹਕੂਮਤ 2012 ਦੇ ਵਿੱਚ ਆਪਣੀ ਆਪਣੀ ਜਿਹੜੀ ਸਮਝ ਸੀ ਉਹਨਾਂ ਦੀ ਪੋਲਿਟੀਕਲ ਮੈਨੇਜਮੈਂਟ ਐਂਡ ਦ ਡਿਸਟ੍ਰਿਬਿਊਸ਼ਨ ਆਫ ਟਿਕਟਸ ਹੈ ਉਹਦੇ ਨਾਲ ਦੇ ਕੁਡ ਬੀਟ ਅਪ ਦ ਲੌਜਿਕ ਵਿਚ ਕਾਂਗਰਸ ਹੈਡ ਯੂ نو ਇਨ 2012 ਤੁਹਾਨੂੰ ਲੱਗਦਾ ਨ ਵੀ ਇੱਕ ਬਾਈ ਇਲੈਕਸ਼ਨ ਦੇ ਵਿੱਚ ਇਹ ਚੀਜ਼ ਉਹਨਾਂ ਲਈ ਪੋਸੀਬਲ ਨਹੀਂ ਹੋਏਗੀ ਕਰਪਾਣਾ ਉਹਨਾਂ ਲਈ ਇੰਨੀ ਘਾਤਕ ਸਿੱਧ ਹੋਣੇ ਆ ਇਹ ਚੋਣ ਆਈ ਅਗੇਨ ਪ੍ਰੈਡिक्ट ਦੈਟ ਆਮ ਨਾਟ ਓਵਰ ਕਨਫੀਡੈਂਟ ਮੈਂ ਤੁਹਾਨੂੰ ਇਸ ਲਈ ਕਰ ਰਿਹਾ ਕਿ ਲੋਕਾਂ ਦੀ ਆਵਾਜ਼ ਜਿਹੜੀ 5 ਦਿਨਾਂ ਚ ਮੈਂ ਘਰੋ ਘਰੀ ਸੁਣ ਕੇ ਆਇਆ ਹੈ ਲੋਕ ਇਹ ਕਹਿੰਦੇ ਆ ਕਿ ਫੇਰ ਤਾਂ ਰਾਜਨੀਤੀ ਦੀਆਂ ਕਦਰਾਂ ਕੀਮਤਾਂ ਦਾ ਮੁਕੰਮਲ ਪਤਨ ਹੈ ਇਹ ਮੁਕੰਮਲ ਪਤਨ ਹੈ ਉਹਨਾਂ ਕੋਲੇ 57 ਬੰਦੇ ਆ ਉਹਨਾਂ ਕੋਲੇ ਭਾਜਪਾ ਦੀ سپورਟ ਹੈ ਅਗਰ ਇੱਕ ਬੰਦੇ ਨਾਲ ਸਰਕਾਰ ਵੀ ਬਣਦੀ ਹੋਵੇ I, 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 I can vouch for myself. If Jagmeet Singh Brar is the chief minister and there is a shortage of one man, I will never bring that other man from another party and give my party. I ticket mandate. ਚਲੋ ਇਹ ਖਿਆਲ ਥੋੜੀ ਸੋਚ ਹੈਗੀ ਹੈ ਲੇਕਿਨ ਇੱਕ ਦੂਸਰਾ ਨਜ਼ਰੀਆ ਵੀ ਹੈਗਾ ਜਿਸ ਦੇ ਤਹਿਤ ਕਿ ਤੇ ਜੇ ਅੱਜ ਸਰਕਾਰ 2012 ਵਿੱਚ ਕਾਂਗਰਸ ਹੀ ਬਣੀ ਹੁੰਦੀ ਤਾਂ ਹੀ ਹੂਡ ਹੈਵ ਬੀਨ ਅ ਸੈਕਟਰ ਸੈਂਟ ਐਮ ਐਲ ਏ ਆਫ ਯੋਰ ਪਾਰਟੀ ਅਜੇ ਗੱਲਾਂ ਬਾਤਾਂ ਉਭਾਰਨ ਦੇ ਵਿੱਚ ਤਾਂ ਜਨਤਾ ਵੀ ਇਸ ਗੀ ਨੂੰ ਸਮਝਦੀ ਹੈਗੀ ਹੈ ਕਿ ਇੱਕ ਪਾਰਟੀ ਇੱਕ ਲੀਡਰ ਦਾ ਖੇਮਾ ਬਦਲਣਾ ਕਾਰਨ ਨਹੀਂ ਹੋ ਸਕਦਾ ਵੀ ਪਾਰਟੀ ਉਹਨੇ ਲੈ ਕੇ ਪ੍ਰਤੀ ਨਜ਼ਰੀਏ ਨੂੰ ਉਸ ਤਰੀਕੇ ਨਾਲ ਬਦਲੇ ਜਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਵੀ ਇਹ ਇਹ ਲੀਡਰ ਅੱਜ ਕੱਲ ਚੰਗਾ ਸੀ ਜਦ ਤੱਕ ਸਾਡੇ ਨਾਲ ਸੀ ਅੱਜ ਮਾੜਾ ਹੋ ਗਿਆ ਯੂਥ ਦੀ ਆਵਾਜ਼ 20 ਸਾਲ ਦਾ ਇੱਕ ਬੱਚਾ ਕਹਿ ਰਿਹਾ ਹੈ 20 ਸਾਲ ਦਾ कोई आके जिम्मे कह रहे बड़ी इन लाइटर वेन कि आप तो कांग्रेसी जा रहे हैं पांच और जाएंगे बादल साहब ने पांच की और तैयारी कर रखी है वह कहता जी कांग्रेसी तक कोई नहीं गया ही जाते हैं ਕਾਂਗਰਸੀ ਨਹੀਂ ਜਾਂਦਾ ਵਪਾਰੀ ਜਾਂ ਇਹ ਜਿਹੜੇ ਲੀਡਰ ਆਣ ਜਾਣ ਦੀ ਗੱਲਬਾਤ ਮੈਨੂੰ ਯਾਦ ਆ 2012 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਕਿਸਮ ਦੀਆਂ ਸਟੇਟਮੈਂਟਾਂ ਕਾਂਗਰਸ ਤੋਂ ਬਹੁਤ ਆ ਰਹੀ ਹੁੰਦੀਆਂ ਸਨ ਵੀ 10 ਮਨਿਸਟਰ 5 ਐਮਐਲਏ ਸਾਡੇ ਨਾਲ ਸ਼ਾਮਲ ਹੋਣ ਨੂੰ ਤਿਆਰ ਬੈਠੇ ਨੇ ਇਹ ਸਾਰੀ ਗੱਲਬਾਤ ਹੈ ਪੋਲਿਟੀਕਲ ਪਾਰਟੀਆਂ ਦੀ ਸਟ੍ਰੈਟਜੀ ਹੈ ਜੋ ਕਿ ਤੁਹਾਡੇ ਕੋਲ ਬਿਲਕੁਲ ਅਜਬ ਹੈਗੇ ਵੀ ਨਤੀਜਿਆਂ ਦੇ ਵਿੱਚ ਇਹ ਚੀਜ਼ ਤਾਂ ਪੁੱਛੇਗੀ ਦਿਸ ਇਜ਼ ਦਿਸ ਇਹ ਦਾਲ ਬਦਲੀ ਦਾ ਡਿਫੈਕਸ਼ਨ ਲਾਅ ਤੋਂ ਬਾਅਦ ਸਾਰੇ ਹਿੰਦੁਸਤਾਨ ਦਾ ਇੱਕ ਲਖਣ ਔਰ ਇੱਕ ਇੱਕ ਮੈਂ ਸਮਝਦਾ ਹੈ ਅਨੂਠਾ ਉਦਾਹਰਨ ਅਨੋਠਾ ਉਦਾਹਰਨ ਤਾਂ ਸਰ ਹਰਿਆਣਾ ਦੇ ਵਿੱਚ ਤੁਸੀਂ ਵੇਖੋ ਜਿੱਥੇ ਥੋੜੀ ਪਾਰਟੀ ਨੇ ਸਰਕਾਰ ਬਣਾ ਲਈ ਪੂਰਾ ਵਿਧਾਇਕ ਦਲ ਆਪਣੇ ਨਾਲ ਸ਼ਾਮਲ ਕਰ ਲਿਆ ਦੇਖੋ ਹਰਿਆਣਾ ਬਾਰੇ ਤਾਂ ਹਰਿਆਣਾ ਬਾਰੇ ਟਿੱਪਣੀ ਤਾਂ ਸ਼੍ਰੀ ਭੁਪਿੰਦਰ ਸਿੰਘ ਓਡਾ ਕਰ ਸਕਦੇ ਆ ਜਾਂ ਹਰਿਆਣਾ ਦੇ ਲੀਡਰ ਕਰ ਸਕਦੇ ਆ ਇਹ ਐਂਟੀ ਡਿਫੈਕਸ਼ਨ ਲਾਅ ਦੀ ਗੱਲ ਆਉਂਦੀ ਹੈ ਉਥੇ ਗਲੇਰਿੰਗ ਐਗਜ਼ਾਮਪਲ ਹੈ ਮਾਮਲੇ ਅਦਾਲਤਾਂ ਚੱਲ ਰਹੇ ਹੈਗੇ ਨੇ 5-5 6 ਲੋਕਾਂ ਦੀ ਪਾਰਟੀ ਚੋਂ 5 ਲੋਕਾਂ ਨੂੰ ਉਹਨਾਂ ਨੇ ਰਾ ਲਿਆ ਕਾਂਗਰਸੀ ਸਰਕਾਰ ਆ ਕੇ ਇਹਨਾਂ ਨੇ ਲਾ ਲਿਆ ਪਰ ਉਹਨਾਂ ਨੇ ਪਾਰਟੀ ਦਾ ਟਿਕਟ ਤਾਂ ਉਹਨਾਂ ਨੂੰ ਨਹੀਂ ਦਿੱਤਾ ਮੈਂ ਮੈਂ ਤਾਂ ਅਖਬਾਰ ਪੜਿਆ ਉਹ ਕਹਿੰਦੇ ਪਹਿਲੀ ਵਾਰ ਕੇ ਉਮੀਦਵਾਰ ਕੇ ਉਪਰ अकाली दल का वर्कर और कांग्रेस का वर्कर दोनों सवाल कर रहे हैं मैंने कहा मैं पढ़ा कि वो कहंदे सवाल ये कर रहे ने कि तुसी पार्टी क्यों ਛੱਡੀ ਚੈਨ ਸਾਹਿਬ ਅਸੀਂ ਤਾਂ ਤੁਹਾਨੂੰ ਗਿੱਲ ਸਾਹਿਬ ਦੇ ਵਿਰੁੱਧ ਜਿਤਾਇਆ ਉਹ ਕਾਂਗਰਸ ਵਾਲੇ ਪੁੱਛ ਰਹੇ ਆ ਜਿਹੜੇ ਗਿੱਲ ਸਾਹਿਬ ਦੇ ਸਪੋਰਟਰ ਐ ਪਿੰਡਾਂ ਚ ਉਹ ਇਹ ਪੁੱਛ ਰਹੇ ਆ ਕਿ ਅਸੀਂ ਸਾਂ ਪਾਰਟੀ ਦਾ ਸਾਥ ਉਹਨਾਂ ਨੇ ਦਿੱਤਾ ਤੇ ਹੁਣ ਤੁਸੀਂ ਕਾਲੀ ਦਲ ਦੇ ਉਮੀਦਵਾਰ ਬਣ ਗਏ ਤੇ ਸਾਡੇ ਬੰਦੇ ਦੀ ਟਿਕਟ ਖੋਲੀ ਉਹਦੀ ਇੱਕ ਹੱਤਕ ਔਰ ਬੇਇਜ਼ਤੀ ਹੋਈ ਹੈ ਉਸ ਪਰਿਵਾਰ ਦੀ ਲੇਕਿਨ ਜੇ ਇਸ ਦੇ ਬਾਵਜੂਦ ਵੀ ਉਹ ਜੇ ਟਿਕਟ ਆ ਜਾਂਦਾ ਜੇ ਇਸ ਚੀ ਦੇ ਬਾਵਜੂਦ ਵੀ ਲੀਡਰ ਫੇਰ ਚੁਣ ਜਿੱਤ ਕੇ ਆ ਜਾਂਦਾ ਉਸ ਤੋਂ ਬਾਅਦ ਕੀ ਹੋਏਗਾ ਮੇਨ ਕੁਐਸਚਨ ਤਾਂ ਉਹ ਹੋਏਗਾ ਨਤੀਜੇ ਦੇ ਵਿੱਚ ਇਹ ਚੀ ਤੁਹਾਡੇ ਥੋੜੇ ਥਰ ਤੇ ਥੋੜੀ ਜਿਹੀ ਗੱਲਬਾਤ ਨੂੰ ਉਸ ਵਕਤ ਆਪਾਂ ਕਹਿ ਸਕਦੇ ਹਾਂ ਤੋਲਨ ਦਾ ਮੌਕਾ ਵੀ ਸਾਨੂੰ ਜ਼ਰੂਰ ਮਿਲੇਗਾ ਜਦੋਂ ਨਤੀਜੇ ਸਾਹਮਣੇ ਹੋਣਗੇ ਦੂਰ ਦ੍ਰਿਸ਼ਟ ਔਰ ਵਿਰਿਸ਼ਟ ਪੱਤਰਕਾਰ ਹੋਣ ਦੀਆਂ ਮੈਂ ਅ ਦੇਖਿਆ ਟੈਲੀਵਿਜ਼ਨ ਤੇ ਪ੍ਰੋਗਰਾਮ ਆਈ ਐਪਰੀਸ਼ੀਏਟ ਯੂਅਰ ਕੁਐਸਚਨ ਬਹੁਤ ਸੂਰਤ ਸਵਾਲ ਹੈ ਇਹਦੇ ਵਿੱਚ ਬਹੁਤ ਔਰ ਇਹਦੇ ਵਿੱਚ ਮੈਂ ਸਮਝਦਾ ਇਸ ਜਿਮਨੀ ਚੋਣ ਵਿੱਚ ਜਿਸ ਦਿਨ ਵੋਟਾਂ ਪੈਣਗੀਆਂ ਲੋਕਾਂ ਦੇ ਸਾਹਮਣੇ ਇੱਕ ਬੁਨਿਆਦੀ ਪ੍ਰਸ਼ਨ ਹੋਏਗਾ ਵੈਦਰ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੁਖਬੀਰ ਸਿੰਘ ਜੀ ਬਾਦਲ ਔਰ ਜੁਗਿੰਦਰਪਾਲ ਜੀ ਜੈਨ ਨੇ ਕੀਤਾ ਉਹ ਸਹੀ ਹੈ ਕਿ ਉਹ ਗਲਤ ਹੈ ਚਲੋ ਚਲੋ ਇਫ ਪੀਪਲ ਸੇ ਇਹ ਗਲਤ ਹੈ ਦੇ ਆਰ ਰਿਜੈਕਟਡ ਟੋਟਲੀ ਇਫ ਪੀਪਲ ਸੇ ਇਟ ਇਜ਼ ਰਾਈਟ ਲੋਕਾਂ ਦੀ ਕਚੈਰੀ 'ਚ ਸਵਾਲ ਹੈ ਮੈਂ ਉਹੀ ਗੱਲ ਕਰ ਰਿਹਾ ਲੋਕਾਂ ਦੀ ਕਚੈਰੀ ਦੇ ਵਿੱਚ ਡਿਸੀਜਨ ਜਿਹੜੇ ਹੁੰਦੇ ਨੇ ਕਈ ਵਾਰ ਐਸੇ ਹੁੰਦੇ ਨੇ ਜੋ ਕਿ ਸਾਡੇ اخلاقی ਯੂ ਨੋ ਮਾਪਦੰਡਾਂ ਦੇ ਮੁਤਾਬਕ ਅਸੀਂ ਉਸਤੇ ਕਿੰਤੂ ਪਰੰਤੂ ਕਰ ਸਕਦੇ ਆ ਲੇਕਿਨ ਅਲਟੀਮੇਟਲੀ ਇਸ ਜ਼ਮੂਰੀਅਤ ਹੈ ਤੇ ਜ਼ਮੂਰੀਅਤ ਦੇ ਵਿੱਚ ਮੈਂ ਜਿਹੜੀ ਫਾਈਨਲ ਬਾਜ਼ੀ ਹੈਗੀ ਆ ਉਹ ਵੋਟਰ ਕੋਲ ਹੈ ਵੋਟਰ ਦਾ ਵੋਟ ਯਾ ਉਸ ਦਾ ਮੰਡੇਟ ਕੀ ਸਥਾਪਿਤ ਯਾ ਸਾਬਤ ਕਰਦਾ ਇੱਕ ਵੱਡਾ ਕੁਐਸਚਨ ਇੱਕ ਬ੍ਰੇਕ ਲੈ ਲੈਣੇ ਆ ਇਹ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਲਈ ਰੁਕ ਲੈਣੇ ਆ ਬ੍ਰੇਕ ਤੋਂ ਬਾਅਦ ਸਾਡੀ ਗੱਲਬਾਤ ਸਦਾ ਜਗਵੀ ਸਿੰਘ ਬਰਾੜ ਹੋਣਾ ਦੇ ਨਾਲ ਜ